ਦਾਸ ਬਰਲਾਲ ਸਿੰਘ ਸਮੁੱਚੀ ਸੰਗਤ ਨੂੰ ਫਤਿਹ ਬੁਲਾ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇੱਥੇ ਸ੍ਰੀ ਹਜ਼ੂਰ ਸਾਹਿਬ ਦਰਸ਼ਨ ਕਰਨ ਦੇ ਲਈ ਪਹੁੰਚੇ ਹਾਂ। ਆਪ ਸੰਗਤਾਂ ਨੂੰ ਪਤਾ ਲੱਗ ਗਿਆ ਹੋਣਾ, ਫੇਸਬੁੱਕ ਦੇ ਜ਼ਰੀਏ, ਵਟਸਐਪ ਦੇ ਜ਼ਰੀਏ, ਸੋਸ਼ਲ ਮੀਡੀਆ ਦੇ ਜ਼ਰੀਏ, ਰਾਤੀ ਇੱਥੇ ਇੱਕ ਮੰਦਭਾਗੀ ਘਟਨਾ ਵਾਪਰੀ। ਦਰਸ਼ਨ ਰੋਗੀ ਦਾ ਚੇਲਾ ਭਾਈ ਪੰਥ ਪ੍ਰੀਤ, ਉਹਨਾਂ ਦਾ ਚੇਲਾ ਕਹਿ ਲਵੋ, ਚੱਲ ਰਹੀ ਆਰਤੀ, ਸਤਿਕਾਰਯੋਗ ਰਾਗੀ ਸਿੰਘ ਆਰਤੀ ਕਰ ਰਹੇ ਸਨ। ਦਾਸ ਨਾਲ ਬੜਾ ਪਿਆਰ ਆ ਉਹਨਾਂ ਦਾ, ਰਾਗੀ ਕਿਸ਼ੋਰ ਸਿੰਘ ਜੀ ਹਜ਼ੂਰੀ ਰਾਗੀ। ਆਰਤੀ ਹੋ ਰਹੀ ਸੀਗੀ, ਇੱਕ ਮਨਮਤੀ ਆਇਆ ਕਿ ਉਹ ਹਜ਼ੂਰੀ ਸਿੰਘਾਂ ਨੂੰ ਟੱਪ ਕੇ, ਰਾਗੀ ਸਿੰਘਾਂ ਨੂੰ ਟੱਪ ਕੇ ਉਹਨੇ ਜੋਤ ਬੁਝਾਉਣ ਦੀ ਕੋਸ਼ਿਸ਼ ਕੀਤੀ। ਭਾਵੇਂ ਸਿੰਘਾਂ ਨੇ ਫੜਿਆ, ਅੜਕੀ ਸੋਧਾ ਬਹੁਤ ਲਾਇਆ, ਬਹੁਤ ਕੁੱਟਮਾਰ ਕੀਤੀ, ਸਿਰ ਸੁਰ ਪਾੜਿਆ ਉਹਦਾ, ਪਾੜਨਾ ਚਾਹੀਦਾ ਵੀ ਸੀ ਜੋ ਇੱਥੋਂ ਦੀ ਮਰਿਆਦਾ ਨੂੰ ਭੰਗ ਕਰ ਰਿਹਾ। ਪਰ ਮੈਂ ਇਹ ਬੇਨਤੀ ਤਾਂ ਕਰਨੀ ਚਾਹੁੰਦਾ ਕਿ ਜਿਹੜੇ ਇਹ ਲੋਕ ਇੱਦਾਂ ਕਰ ਰਹੇ ਨੇ, ਇਹ ਲੋਕ ਉਹਨਾਂ ਦੇ ਚੇਲੇ ਨੇ ਜਿਹੜੇ ਹਜ਼ੂਰ ਸਾਹਿਬ ਦੀ ਮਰਿਆਦਾ ਨੂੰ ਖੰਡਨ ਕਰਨ 'ਤੇ ਜ਼ੋਰ ਲਾ ਰਹੇ ਨੇ। ਅੱਜ ਤੁਹਾਨੂੰ ਪਤਾ ਹੀ ਆ, ਭਾਈ ਪੰਥ ਪ੍ਰੀਤ, ਭਾਈ ਸਰਬਜੀਤ ਹੁੰਦਾ ਔਰ ਇਹਨਾਂ ਦਾ ਆਕਾ ਦਰਸ਼ਨ ਰੋਗੀ, ਇਹ ਸਾਰੇ ਜ਼ੋਰ ਲਾਉਂਦੇ ਨੇ। ਅੱਜ ਇਹਨਾਂ ਨੇ ਇੱਕ ਤਖ਼ਤ ਦਾ ਮਖੌਲ ਬਣਾਇਆ ਲੋਕਾਂ ਦੇ ਵਿੱਚ, ਲਾਈਵ ਚੱਲ ਰਿਹਾ ਸੀਗਾ, ਅਤੇ ਤਖ਼ਤ ਦੇ ਉੱਪਰ ਇਸ ਤਰ੍ਹਾਂ ਦੀ ਭਨਾਉਣੀ ਹਰਕਤ ਕੀਤੀ ਆ। ਜਿਵੇਂ ਪਿੱਛੇ ਜੇ ਤਰਨ ਤਾਰਨ ਸਾਹਿਬ ਦੇ ਕੋਲ ਕਹਿੰਦੇ ਸੀ ਦਸਵੇਂ ਪਾਤਸ਼ਾਹ ਦੀ ਬਾਣੀ ਦਾ ਅਸੀਂ ਪ੍ਰਕਾਸ਼ ਨਹੀਂ ਕਰਨ ਦੇਵਾਂਗੇ, ਜੇ ਇੱਥੇ ਇਹ ਭਨਾਉਣੀ ਹਰਕਤ ਕਰ ਸਕਦੇ ਨੇ ਤਾਂ ਕੱਲ੍ਹ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਜੋ ਸ਼ਹੀਦੀ ਸਿੰਘਾਂ ਦੇ ਅਸਥਾਨ 'ਤੇ ਜੋਤਾਂ ਜਗ ਰਹੀਆਂ ਨੇ, ਉਹ ਜੋਤਾਂ ਬੁਝਾਉਣ ਦੀ ਕੋਸ਼ਿਸ਼ ਵੀ ਕਰਨਗੇ ਔਰ ਦਸਵੇਂ ਪਾਤਸ਼ਾਹ ਦੀ ਬਾਣੀ 'ਤੇ ਵੀ ਅਟੈਕ ਕਰਨਗੇ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਤੇ ਵੀ ਅਟੈਕ ਕਰਨਗੇ। ਉਹ ਕਿਵੇਂ? ਜਿਵੇਂ ਗਿਆਨ 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 ਜ਼ੋਰ ਲਾ ਰਹੇ ਨੇ, ਨਿਸ਼ਾਨ ਸਾਹਿਬ 'ਤੇ ਵੀ ਜਿਵੇਂ ਕਿ ਬਹੁਤ ਜ਼ਿਆਦਾ ਜਿਹੜੇ ਭੋਲੇ ਲੋਕ ਨੇ, ਭੋਲੀ ਸੰਗਤ ਆ, ਉਹਨਾਂ ਨੂੰ ਇਹ ਪਤਾ ਨਹੀਂ ਗਾ, ਉਹ ਅੱਜ ਇਹ ਗੱਲ ਕਹਿ ਰਹੇ ਨੇ ਕਿ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ ਮਨਮਤ ਹੈ। ਜੇ ਇਹ ਲੋਕ ਚੱਕਦੀਆਂ ਜੋਤਾਂ ਬੁਝਾਉਣ ਦੇ ਲਈ ਨਾ ਧੜਕ ਹੋ ਕੇ ਸੰਗਤ ਦੇ ਸਾਹਮਣੇ ਦਰਬਾਰ ਵਿੱਚ ਤਖ਼ਤਾਂ 'ਤੇ ਪਹੁੰਚੇ ਆ, ਤਾਂ ਕੱਲ੍ਹ ਨੂੰ ਨਿਸ਼ਾਨ ਸਾਹਿਬ ਵੀ ਪੱਟਣ 'ਤੇ ਜ਼ੋਰ ਲਾਉਣਗੇ ਵੀ ਨਿਸ਼ਾਨ ਸਾਹਿਬ ਨਹੀਂ ਹੋਣੇ ਚਾਹੀਦੇ ਗੇ, ਇਹਨੂੰ ਮੱਥਾ ਟੇਕਣਾ ਇੱਕ ਮਨਮਤ ਹੈ। ਸ੍ਰੀ ਦਸਮ ਗ੍ਰੰਥ 'ਤੇ ਵੀ ਅਟੈਕ ਕਰਨਗੇ, ਕਰ ਵੀ ਰਹੇ ਨੇ। ਇਹਨਾਂ ਦੇ ਜ਼ਿੰਮੇਵਾਰ ਕੌਣ ਹੈ? ਮੈਂ ਈਰਖਾ ਨਾਲ ਹੀ ਇਹ ਗੱਲ ਕਹਿ ਰਿਹਾ, ਇਹਨਾਂ ਲੋਕਾਂ ਜਿਹੜੇ ਲੋਕ ਇਹ ਹਰਕਤ ਕਰਦੇ ਨੇ, ਇਹਨਾਂ ਦੇ ਜ਼ਿੰਮੇਵਾਰ ਪ੍ਰਚਾਰਕ ਜਿਹੜੇ ਲੋਕ ਇਹ ਪ੍ਰਚਾਰ ਕਰਦੇ ਨੇ ਕਿ ਉੱਥੇ ਦਰਬਾਰ ਸਾਹਿਬ ਮਨਮਤ ਹੋ ਰਹੀ ਆ, ਜੋਤ ਲੱਗੀ ਆ, ਜਾਂ ਹਜ਼ੂਰ ਸਾਹਿਬ ਮਨਮਤ ਹੋ ਰਹੀ ਆ, ਜਿਹੜੇ ਲੋਕ ਇਹੋ ਜਿਹੀਆਂ ਘਨੌਣੀਆਂ ਹਰਕਤਾਂ ਕਰਦੇ ਨੇ, ਇਹ ਉਹਨਾਂ ਦੇ ਪ੍ਰੇਰਿਤ ਕੀਤੇ ਹੋਏ ਲੋਕ ਨੇ। ਜਿਵੇਂ ਸਤਿਕਾਰਯੋਗ ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ, ਉਹਨਾਂ ਦੀ ਵੀਡੀਓ ਆਈ ਵੀ ਪਾਠ ਦੇ ਵਿੱਚ ਕੀ ਸ਼ਕਤੀ ਆ। ਮੈਂ ਬੇਨਤੀ ਕਰਨੀ ਚਾਹੁੰਦਾ ਭਾਈ ਰਣਜੀਤ ਸਿੰਘ ਜੀ, ਪਾਠ ਵਿੱਚ ਕੀ ਸ਼ਕਤੀ ਹੈ? ਜਦੋਂ ਗੋਲੀ ਚੱਲੀ ਸੀ, ਜੇ ਤੁਸੀਂ ਬਾਣੀ ਨੂੰ ਪ੍ਰਤੱਖ ਤੌਰ 'ਤੇ ਮੰਨਦੇ, ਤੁਸੀਂ ਮਾਫ਼ ਕਰਨਾ, ਸੀਟਾਂ ਥੱਲੇ ਨਹੀਂ ਵੜਨਾ ਸੀਗਾ। ਪਾਠ ਵਿੱਚ ਕੀ ਸ਼ਕਤੀ ਹੈ ਮੈਂ ਦੱਸਣਾ ਚਾਹੁੰਦਾ, ਤੁਸੀਂ ਇਹ ਗੱਲ ਕਹੀ ਹੈ। ਹਾਂ, ਕਹਿਣ ਦਾ ਤਰੀਕਾ ਹੁੰਦਾ, ਤੁਸੀਂ ਇਹ ਕਹਿ ਸਕਦੇ ਸੀਗੇ ਕਿ ਪਾਠ ਦੇ ਨਾਂ 'ਤੇ, ਧਰਮ ਦੇ ਨਾਂ 'ਤੇ ਲੁੱਟਿਆ ਜਾ ਰਿਹਾ, ਇਹ ਗੱਲ ਵੱਖਰੀ ਆ, ਪਰ ਇਹ ਗੱਲ ਕਹਿਣੀ ਪਾਠ ਵਿੱਚ ਕੀ ਸ਼ਕਤੀ ਆ, ਇਹ ਤੁਸੀਂ ਬਿਲਕੁਲ ਗਲਤ ਗੱਲ ਕਹੀ ਆ। ਮੈਂ ਦੱਸਣਾ ਚਾਹੁੰਦਾ, ਸੀਸ 'ਤੇ ਆਰਾ ਚੱਲਿਆ, ਜਪਜੀ ਸਾਹਿਬ ਦੀ ਆਵਾਜ਼ ਸਰੀਰ ਵਿੱਚੋਂ ਆਈ, ਬੰਦ ਬੰਦ ਕਟਾਇਆ ਗਿਆ ਅਤੇ ਬੰਦ ਬੰਦ ਵਿੱਚੋਂ ਸੁਖਮਨੀ ਸਾਹਿਬ ਦੀ ਆਵਾਜ਼ ਆਈ।
21 दिन खोपड़ी लुआ के भाई तारू सिंह बैठा रहा थे, वो भी पाठ की शक्ति की बदौलत गुरु अर्जन देव महाराज पत्ती तवी से बैठ के अडोल अवस्था में बैठे रहे, वो भी एक पाठ की शक्ति की बदौलत। छोटे साहबजादे नीहां दे विच चिने गए सी तक नहीं कीती, वो भी एक पाठ की बदौलत। और भाई दयाला सिंह वर्गे देगा विच उबाले गए, भाई मतीदास वर्गे सतीदास वर्गे, वो भी पाठ की बदौलत। संत बाबा जरनैल सिंह ने हजारां की फौज के नाल टाकरा किया गिणती के सिंघां ने, वो भी पाठ की बदौलत। बाबा दीप सिंह ने शीश तली के उपर धर के खंडा वाह 18 सिर का, वो भी भगती दे शक्ति पाठ की बदौलत। क्योंकि तुसी पाठ नहीं करते, तुसी तो लोगों को कहने पाठ कराने कोई फायदा नहीं, बंदगी करने कोई फायदा नहीं, पाठ कोई शक्ति नहीं। जे तुसी ये गल कहने तो मैं ये निश्चय नाल कहना कि कल नूं लोग वैसे तुहाडे कहण ते पाठ कराने नहीं हटणगे, लोगों की शरदा उन्होंने पाठ कराने ही कराना। पर मैं एक बेनती जरूर कर दिना, तुसी पूरा जोर ला रहे हो, अज जो ये अटैक हो रहे हैं जिवें राती इत्थे ਘਨਾਉਣੀ ਹਰਕਤ ਕੀਤੀ ਮਨਮਤੀਏ ਨੇ, ਉਹਦਾ ਸਿੰਘਾਂ ਨੇ ਸੋਧਾ ਬਹੁਤ ਲਾਇਆ, ਇਹ ਹਕੀਕਤ ਹੈ। ਪਰ ਤੁਸੀਂ ਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਪਰ, ਨਿਸ਼ਾਨ ਸਾਹਿਬ ਉੱਪਰ ਜੋਤ ਜਗ ਰਹੀ ਹੈ, ਜੋ ਦਰਬਾਰ ਸਾਹਿਬ ਉਹਦੇ ਉੱਪਰ ਵੀ ਇਹ ਜੋ ਘਨਾਉਣੀਆਂ ਹਰਕਤਾਂ ਤੁਸੀਂ ਕਰਵਾ ਰਹੇ ਹੋ, ਇਹਦੇ ਦੋਸ਼ੀ ਤੁਸੀਂ ਲੋਕ ਹੋ, ਤੁਸੀਂ ਪ੍ਰੇਰਿਤ ਕਰਦੇ ਹੋ। ਅਤੇ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਸੰਗਤ ਜੀ ਇਹਨਾਂ ਨੂੰ ਮੂੰਹ ਤੋੜਵੇਂ ਜਵਾਬ ਦਿਓ, ਨਹੀਂ ਤਾਂ ਉਹ ਦਿਨ ਦੂਰ ਨਹੀਂ ਗਾ ਜੇ ਤਖਤਾਂ ਦੇ ਉੱਪਰ ਇਹ ਬੇਅਦਬੀ ਕਰਾ ਰਹੇ ਨੇ। ਅਤੇ ਅੱਜ ਜੇ ਤਖਤਾਂ ਉੱਪਰ ਬੇਅਦਬੀ ਇਸ ਤਰ੍ਹਾਂ ਦੀ ਹੋਣ ਲੱਗ ਪਈ ਮਰਿਆਦਾ ਦੇ ਉੱਪਰ, ਅਤੇ ਕੱਲ੍ਹ ਨੂੰ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਪਰ ਜਾਂ ਪੰਥ ਉੱਪਰ ਵੀ ਇਸ ਤਰ੍ਹਾਂ ਦੇ ਹਮਲੇ ਕਰਾਉਣੇ ਆ। ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਵੀਡੀਓ ਵਾਇਰਲ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।